ਦਾ ਬੰਦੋਬਸਤ ਕਰਨਾ ਚਾਹੀਦਾ ਤੇ ਹੁਣ ਅੱਜ ਫਿਰ ਦੁਬਾਰਾ ਗੱਲਾਂ ਹੋਣਗੀਆਂ ਵੀ ਆਪਾਂ ਨਵਕਰਨ ਦੇ ਨਾਲ ਗੱਲ ਕਰੀਏ ਬਾਕੀ ਹੋਰ ਵੀ ਯੂਐਸ ਵਿੱਚ ਵੀ ਸਿੰਘਾਂ ਦੇ ਨਾਲ ਰਾਬਤਾ ਹੋਇਆ ਗੱਲਬਾਤ ਹੋਈ ਜਿਹੜਾ ਭਾਰਤੀ ਮੀਡੀਆ ਇਹ ਚੀਕ ਚੀਕੇ ਕੇ ਕਹਿੰਦਾ ਵੀ ਮੋਟਰਸਾਈਕਲ ਤੇ ਸਿੰਘ ਫਰਾਰ ਹੋ ਗਿਆ ਇੱਕ ਮਿੰਟ ਲਈ ਆਪਾਂ ਮੰਨ ਲੈਂਦੇ ਵੀ ਸਿੰਘ ਗੁਰੂ ਦੇ ਚੱਲ ਜਾਂਦੇ ਆ ਗੁਰੂ ਦੀ ਬਖਸ਼ਿਸ਼ ਹੁੰਦੀ ਆ ਕਲਾ ਵੀ ਹੁੰਦੀ ਆ ਗੁਰੂ ਸਾਹਿਬ ਤੇ ਜਦੋਂ ਬਾਬਾ ਬਿਧੀ ਚੰਦ ਦਸ਼ਾਲੇ ਤੇ ਘੋੜੇ ਲੈਣ ਗਿਆ ਸੀ ਨਾ ਉਸ ਵੇਲੇ ਵੀ ਮੁਗਲੀਆ ਹਕੂਮਤ ਦੀਆਂ ਅੱਖਾਂ ਦੇ ਮੂਹਰੇ ਨੇਰਾ ਆ ਗਿਆ ਸੀ ਇਹ ਕੀ ਭੁੱਲਦੇ ਜਦੋਂ ਪਾਣੀ ਬਾਣੇ ਦੇ ਵਿੱਚ ਪ੍ਰਪੱਖ ਹੋਣ ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਆਪ ਵੇਖਿਆ ਇੱਕ ਵਾਰੀ ਮੈਂ ਤਾਂ ਥੋੜ੍ਹੀ ਜਿਹੀ ਗੱਲ ਸ਼ੇਅਰ ਕਰਦਾ ਵੀ ਇੱਕ ਵਾਰੀ ਸਾਡੇ ਪਿੰਡ ਦੇ ਵਿੱਚ ਘੇਰਾ ਪਿਆ ਅਤੇ ਅਸੀਂ ਪਾਥੀਆਂ ਵਾਲੀ ਗੁਹੜੀ ਜਿਹੀ ਹੁੰਦੀ ਆ ਉਹਦੇ ਵਿੱਚ ਬੈਠੇ ਅਤੇ ਸ਼ੂ ਅਸੀਂ ਬਾਹਰ ਰੱਖੇ ਸੀਗੇ ਪੁਲਿਸ ਘਰਾਂ ਦੀ ਤਲਾਸ਼ੀ ਲੈਣ ਡਈ ਅਤੇ ਦੋ ਨੌਜਵਾਨ ਸੀਗੇ ਤਾਂ ਪੁਲਿਸ ਵਾਲਿਆਂ ਨੂੰ ਸ਼ੂਏ ਨਹੀਂ ਸ਼ੂ ਨਹੀਂ ਲੱਭੇ ਸਾਡੇ ਬੂਟ ਵੀ ਇੱਥੇ ਬੰਦੇ ਆਏ ਹੋਣਗੇ ਕਿਸੇ ਦੇ ਘਰ ਇਹੋ ਜਿਹਾ ਗੁਰੂ ਸਾਹਿਬ ਆਪ ਹੀ ਕਲਾ ਵਰਤਾ ਦਿੰਦੇ ਆ ਜੇ ਕਣਕ ਦੇ ਡਰਮਾਂ ਦੇ ਵਿੱਚ ਸੁਸਰੀ ਨੂੰ ਦਵਾਈ ਲੱਗਣ ਵਾਲੀ ਦੇ ਵਿੱਚ ਬੰਦਾ ਅੱਠ ਅੱਠ ਘੰਟੇ ਰਹਿ ਸਕਦਾ ਉੱਤੋਂ ਢੱਕਣ ਬੰਦ ਕੀਤੇ ਤੇ ਗੁਰੂ ਸਾਹਿਬ ਪਾਤਸ਼ਾਹ ਦੀ ਕਲਾ ਹੀ ਆ ਪੇਟੀ ਦੇ ਵਿੱਚ ਬੰਦ ਹੋ ਕੇ ਪੁਲਿਸ ਮੁਕਾਬਲਾ ਹੋਵੇ 37 ਘੰਟੇ ਤੁਸੀਂ ਪੇਟੀਆਂ ਦੇ ਵਿੱਚ ਰਹਿ ਹੋਵੇ ਖਾਲਸਾ ਤੇ ਉੱਥੇ ਵੀ ਗੁਰੂ ਕਲਾ ਵਰਤਾ ਦਿੰਦਾ ਗੱਲ ਸਾਰੀ ਵਿਸ਼ਵਾਸ ਦੀ ਹੁੰਦੀ ਆ ਜਿੱਦਾਂ ਦੀਪ ਸਿੱਧੂ ਨੇ ਵੀ ਜਾਂ ਸੰਤ ਬਾਬਾ ਜਰਨੈਲ ਸਿੰਘ ਜਾਂ ਭਾਈ ਫੌਜਾ ਸਿੰਘ ਜਾਂ ਸਾਡੇ ਜੁਝਾਰੂ ਯੋਧਿਆਂ 'ਚ ਵਿਸ਼ਵਾਸ ਸੀ ਅੱਖਾਂ ਕੱਢੀਆਂ ਤੇ ਵੀ ਭਾਈ ਲੋਕ ਸਿੰਘ ਬੱਬਰ ਕਹਿੰਦਾ ਸੰਧਿਆ ਦਾ ਵੇਲਾ ਹੋ ਗਿਆ ਆਹ ਖਾਲਸੇ ਦੀ ਦੇਣ ਆ ਮੇਰੀ ਬੇਨਤੀ ਆ ਵੀ ਆਪਾਂ ਸਾਰੇ ਪੰਜਾਬ ਨਿਵਾਸੀ ਹਾਂ ਜੇ ਉਹ ਸਾਡੇ ਵੀਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਘੋੜ ਸਵਾਰੀ 'ਤੇ ਭੇਜ ਦਿੱਤਾ ਹੋਵੇ ਸਾਨੂੰ ਪੰਜਾਬ ਵਾਸੀਆਂ ਨੂੰ ਜੁਝਾਰੂ ਯੋਧਿਆਂ ਲਈ ਡੋਰਾਂ ਖੋਲ੍ਹ ਦੇਣੀਆਂ ਚਾਹੀਦੀਆਂ